जंगल च चल रहा सी जिस्म फरोशी दा धंधा। यहाँ सेक्स का काम चलता है, आते जाते लोगों को परेशान किया जाता है, पैसा मोबाइल सब छीन लिया जाता है। ठीक है जगह है, पक्की गल है, है किन्ने पैसे लेंदे हो? 200 रुपए दे। पुलिस ने कितनी छापेमारी, पैसे पूरे ले लेंदे पुलिस सारे, और कितने सेटिंग हैगी और कितने काम ना गलत हो जावे? नहीं नहीं ओदा तो पैसे पूसे भरी दे आ। ओ वे वे ठीक है, बाइक वाले आंदे ओदा तो पैसे भरी दे उन्होंने। ठीक है ना, हां जी। लुट खोदियां वारदातां नूं भी दित्ता जा रहा सी अंजाम। मारते भी है, गालियां वालियां भी देते हैं, चाकूओं को भी दिखाते हैं। मेरा भी मोबाइल छीन गया, मैं काम करके जा रहा था। पुलिस मुलाजमा ते भी लगे हफ्ता वसूली दे दोष। नहीं नहीं ओदा तो पैसे पूसे भरी दे आ, मार मोर गई है चिट्टे दे टीके लांदियां ही, ओही तो गल हुण है, असीं जंगल दे भी भरदे आ। छापेमारी की गई। इस दौरान पुलिस दे हाथ तां खाली रहे, पर जिस थां ते इह नाजायज धंधा चल रहा सी उत्थे बिस्तरे जरूर लगे विखाई दिते। पुलिस दी आण दी पिणक इह नाजायज काम करन वालियां नूं कीवें लगी, ਇਹ ਵੀ ਇੱਕ ਵੱਡਾ ਸਵਾਲ ਹੈ, ਕਿਉਂਕਿ ਜਿਸਮ ਫਿਰੋਸ਼ੀ ਦਾ ਧੰਦਾ ਕਰਨ ਵਾਲਿਆਂ ਨੇ ਪੁਲਿਸ ਤੇ ਵੀ ਉਹਨਾਂ ਨੂੰ ਹਫਤਾ ਦੇਣ ਦੇ ਦੋਸ਼ ਲਗਾਏ ਨੇ। ਜਗ੍ਹਾ ਆ ਪਹਿਲਾਂ ਜਗ੍ਹਾ ਦੇਖ ਲਈਏ ਭਰਾਵਾ, ਆ ਜਾ ਜਗ੍ਹਾ ਅੰਦਰ ਜਾ ਕੇ ਕੰਮ ਉਹ ਜਗ੍ਹਾ ਵਧੀਆ, ਕੋਈ ਡਰ ਨਹੀਂ ਹੈਗਾ, ਕਸਮ ਲੱਗੇ ਤੁਹਾਡੇ ਨਾਲ ਕਦੇ ਝੂਠ ਬੋਲਣਾ। ਦਿਖਾਓ ਤੇ ਲਾਇ ਕੋ ਜਗ੍ਹਾ ਦੇਖ ਲਓ ਸਰ, ਉਧਰ ਪਹਿਲਾਂ ਜ਼ਿਆਦਾ ਸੀਗੇ, ਹੁਣ ਬਸ ਕੋਈ ਕਦੀ ਆਉਂਦੇ ਆ। ਉਨਕੀ ਮੇਨ ਗੱਲ ਇਹੀ ਹੁੰਦੀ ਨਾ ਵੀ ਪੁਲਿਸ ਹੋਰ ਆ ਜਾਵੇ ਹੋਰ ਕੰਮ ਖਰਾਬ ਹੋ ਜਾਵੇ। ਨਹੀਂ ਨਹੀਂ ਉਹ ਵੀ ਤਾਂ ਹੁਣ ਉਹ ਦੋ ਮੁੰਡੇ ਹੋ ਕੇ ਗਏ ਆ, ਤੀਜੇ ਨੇ ਹਜੇ ਆਣਾ ਆ, ਉਹਨਾਂ ਨੇ ਕਿੰਨਾ ਨੇ ਜਾਣਾ ਹੁੰਦਾ? ਪੁਲਿਸ ਨੂੰ ਜਾਂਦੇ ਪੈਸੇ ਪੂਹੇ ਲੈ ਲੈਂਦੇ ਪੁਲਿਸ ਵਾਲੇ, ਹੋਰ ਕਿਤੇ ਸੈਟਿੰਗ ਹੈਗੀ ਆ, ਹੋਰ ਕਿਤੇ ਕੰਮ ਨਾ ਗਲਤ ਹੋ ਜਾਵੇ। ਨਹੀਂ ਨਹੀਂ ਉਦਾਂ ਤਾਂ ਪੈਸੇ ਪੂਸੇ ਭਰੀ ਦੇ ਆ। ਉਹ ਵੇ ਫੇਰ ਠੀਕ, ਬਾਈਕ ਵਾਲੇ ਆਉਂਦੇ ਉਦਾਂ ਤਾਂ ਪੈਸੇ ਭਰੀ ਦੇ ਉਹਨਾਂ ਨੂੰ, ਟੀਸੀ ਵਾਲਾ ਨੇ। ਹਾਂਜੀ 700 ਰੁਪਇਆ ਲੈ ਜਾਂਦੇ ਨੇ ਅਗਲੇ ਡੇਲੀ ਦਾ ਰੋਜ਼ ਦਾ, ਔਰ ਫਿਰ ਤਾਂ ਤੁਹਾਨੂੰ ਦਾ ਕੀ ਬਚਣਾ? ਉਹੀ ਤਾਂ ਗੱਲ ਹੁਣ ਹੈ, ਅਸੀਂ ਜੰਗਲ ਦੇ ਵੀ ਭਰਦੇ ਹਾਂ, ਇੱਥੇ ਦੇ ਵੀ ਪੈਸੇ ਭਰਦੀ ਹਾਂ ਬਹੁ ਮੈਂ, ਇੱਥੇ ਦਾ ਰੋਜ਼ ਦਾ 200 ਰੁਪਇਆ। ਕਿਹਨੂੰ ਦਿੰਦੇ ਹੋ ਇੱਥੇ? ਜੰਗਲਾਤ ਵਾਲੇ ਨੂੰ। ਅੱਛਾ, ਜੰਗਲਾਤ ਆ ਜਾਂਦੇ ਰੋਜ਼ ਤੁਹਾਡੇ? ਕਦੀ ਆਉਂਦੇ ਆ, ਕਦੇ ਨਹੀਂ ਵੀ ਹੁੰਦਾ, ਇਹ ਤਾਂ। ਹਾਲਾਂਕਿ ਇਹਨਾਂ ਇਲਜ਼ਾਮਾਂ ਨੂੰ ਥਾਣਾ ਇੰਚਾਰਜ ਸਲੀਮ ਟਾਬਰੀ ਨਕਾਰਦੇ ਹੋਏ ਵਿਖਾਈ ਦਿੱਤੇ। ਜੀ ਜੀ, ਅੱਜ ਜਿਹੜੀ ਹੈ ਛਾਪੇਮਾਰੀ ਕੀਤੀ ਗਈ ਹੈ, ਇਹ ਕੀ ਇਨਫੋਰਮੇਸ਼ਨ ਆਈ ਸੀ ਤੇ ਕੀ ਕੁਝ ਬਰਾਮਦ ਹੋਇਆ? ਸਾਨੂੰ ਥੋੜ੍ਹੇ ਟਾਈਮ ਤੋਂ ਇਨਫੋਰਮੇਸ਼ਨ ਆ ਰਹੀ ਸੀ ਵੀ ਕੋਈ ਪ੍ਰਵਾਸੀ ਜਿਹੜੇ ਲੇਡੀਜ਼ ਆ ਉਹ ਇੱਥੇ ਰੁਕਦੀਆਂ ਆ, ਕੋਈ ਇਲੀਗਲ ਕੰਮ ਕਰਦੀਆਂ, ਉਹਦੇ ਸੰਬੰਧੀ ਅਸੀਂ ਰੇਡ ਮਾਰੀ ਅੱਜ। ਹਜੇ ਸਾਨੂੰ ਮਿਲਿਆ ਤਾਂ ਕੋਈ ਨਹੀਂ, ਪਰ ਸਾਡੀ ਇਹ ਹੈ ਵੀ ਇਸ ਏਰੀਏ ਵਿੱਚ ਜੰਗਲ ਏਰੀਆ ਪੈਂਦਾ ਆ, ਸੁੰਨਸਾਨ ਜਗ੍ਹਾ ਆ, ਸਾਨੂੰ ਇਹ ਵੀ ਪਤਾ ਲੱਗਿਆ ਵੀ ਲੁੱਟ ਖੋਹ ਵੀ ਕਰਦੀਆਂ। ਅਸੀਂ ਉਹਦੇ ਲਈ ਅਸੀਂ ਸਤਰਕ ਆ, ਅਸੀਂ ਆਪਣੀ ਟੀਮ ਲਾਤੀ ਅਤੇ ਪੱਕੀ ਟੀਮ ਲਾਤੀ ਆ ਜਿਹੜੀ ਇੱਥੇ ਹਾਜ਼ਰ ਹੋਊਗੀ। ਇੱਥੇ ਅਸੀਂ ਕੋਈ ਇਲੀਗਲ ਕੰਮ ਨਹੀਂ ਹੋਣ ਦੇਵਾਂਗੇ। ਲੇਡੀ ਜਿਹੜੀਆਂ ਆਉਂਦੀਆਂ ਉਹਨਾਂ ਦੇ ਖਿਲਾਫ਼ ਜੇ ਮਿਲ ਗਏ, ਜਦੋਂ ਮਿਲ ਗਏ ਸਾਨੂੰ ਉਸ ਟਾਈਪ ਕਾਰਵਾਈ ਉਹਨਾਂ ਖਿਲਾਫ਼ ਅਸੀਂ ਕਰ ਦੇਣੀ, ਜੋ ਲੀਗਲ ਪ੍ਰੋਸੈਸ ਹੈ ਕਰ ਦੇਣਾ। ਹਰਜੀਤ ਜੀ, ਇਹ ਆਰੋਪ ਵੀ ਲਗਾਉਂਦੀਆਂ ਨੇ ਕਿ ਅਸੀਂ ਜਿਹੜਾ ਉਰੇ ਮੁਲਾਜ਼ਮ ਨੇ ਜਿਹੜੇ ਗਸ਼ਤ ਕਰਦੇ, ਅਸੀਂ ਉਹਨਾਂ ਨੂੰ ਦਿਹਾੜੀ ਦਾ 500 ਤੋਂ 700 ਰੁਪਈਆ ਦਿੰਦੇ ਹਾਂ। ਮੇਰੇ ਨੌਲੇਜ 'ਚ ਹੈ ਨਹੀਂ ਗੱਲ ਇਹ, ਪਰ ਇਹੋ ਜਿਹਾ ਕਦੇ ਹੋ ਸਕਦਾ, ਕਿਉਂਕਿ ਇਹ ਪੁਲਿਸ ਮੁਲਾਜ਼ਮ ਇਹੋ ਜਿਹਾ ਕੋਈ ਕੰਮ ਨਹੀਂ ਕਰ ਸਕਦਾ ਜਿਹੜਾ ਕਾਨੂੰਨ ਦੇ ਬਰਖਿਲਾਫ਼ ਹੋਵੇ। ਜੇ ਕੋਈ ਇਹੋ ਜਿਹਾ ਲੱਗਾ ਕਿ ਸਾਨੂੰ ਮਿਲ ਗਿਆ ਇਨਫੋਰਮੇਸ਼ਨ ਮਿਲ ਗਈ, ਉਹਦੇ ਸਬੂਤ ਮਿਲ ਗਿਆ, ਤਾਂ ਖਿਲਾਫ਼ ਕਾਰਵਾਈ ਕਰਾਂਗੇ। ਹਰਜੀਤ ਜੀ, ਅੰਦਰ ਗੱਦੇ ਗੁੱਦੇ ਵੀ ਲੱਗੇ ਹੋਏ ਸੀਗੇ ਪੂਰੇ? ਹਾਂ, ਚੈੱਕ ਕਰਕੇ ਆਏ, ਸਾਰਾ ਰੇਡ ਮਾਰੀ, ਸਾਰੇ ਗੱਦੇ ਲੱਗੇ ਸੀ, ਗੱਦੇ ਅਸੀਂ ਅੱਜ ਤਾਂ ਇਕੱਠੇ ਕੁੱਟੇ ਕਰ ਸੁੱਟਦੇ ਆ ਬਾਹਰ। ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਮੁੜ ਕੇ ਜੇ ਸਾਨੂੰ ਮਿਲਿਆ ਅਸੀਂ ਅੱਗ ਲਾ ਦੇਣੀ, ਉਹਨੂੰ ਸੁੱਟ ਦਿਆਂਗੇ, ਅਤੇ ਅਸੀਂ ਜੇ ਮਿਲ ਗਈਆਂ, ਮਿਲ ਤਾਂ ਜਾਣੀਆਂ, ਇੱਥੇ ਤੁਰੀਆਂ ਫਿਰਦੀਆਂ, ਛੱਡਣਾ ਤਾਂ ਹੈ ਨਹੀਂ ਅਸੀਂ। ਸਾਡਾ ਜਿਹੜਾ ਕਾਨੂੰਨ ਵਿੱਚ ਇਹ ਗਲਤ ਕੰਮ ਹੋ ਰਿਹਾ ਇੱਥੇ ਸਾਡੇ ਇਲਾਕੇ 'ਚ, ਉਹ ਗਲਤ ਕੰਮ ਨਹੀਂ ਹੋਣ ਦੇਣਾ। ਲੱਗਦਾ ਵੀ ਕਿਤੇ ਨਾ ਕਿਤੇ ਬਿਮਾਰੀ ਫੈਲਣ ਦਾ ਵੀ ਖਤਰਾ ਰਹਿੰਦਾ ਜਦੋਂ ਇਹੋ ਜਿਹੇ ਕੰਮ ਹੁੰਦੇ ਨੇ। ਇਹ ਯਾਰ ਆਮ ਪਬਲਿਕ ਨੂੰ ਵੀ ਸੁਚੇਤ ਰਹਿਣਾ ਚਾਹੀਦਾ, ਆਮ ਪਬਲਿਕ ਨੂੰ ਸੁਚੇਤ ਰਹਿਣਾ। ਪੁਲਿਸ ਨੇ ਆਪਣੀ ਕਾਰਵਾਈ ਕਰ ਰਹੀ ਆ,
ਸਾਡੀ ਜੋ ਡਿਊਟੀ ਬਣਦੀ ਸੀ ਕਰ ਰਹੇ ਹਾਂ ਲੇਕਿਨ ਜਿਹੜੀ ਪਬਲਿਕ ਉਹਨਾਂ ਸੁਚੇਤ ਰਹਿਣਾ ਤਾਂ ਪਬਲਿਕ ਦਾ ਆਮ ਲੋਕ ਜਿਹੜੇ ਇੱਥੇ ਖੜ੍ਹਦੇ ਆ ਕੇ ਉਹਨਾਂ ਨੂੰ ਵੀ ਚਾਹੀਦਾ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਚੌਕਸੀ ਵਧਾਈ ਜਾਊਗੀ ਇੱਥੇ ਚੌਕਸੀ ਮੈਂ ਖੁਦ ਖੜ੍ਹਾ ਜੀ ਆ ਕੇ ਚੌਕਸੀ ਮੈਂ ਖੁਦ ਖੜ੍ਹਨਾ ਆ ਕੇ ਡਿਊਟੀ ਮੇਰੀ ਆ ਮੇਰਾ ਰਿਐਕਸ਼ਨ ਹੈ ਮੈਂ ਕਰੂੰਗਾ ਕਮਾ ਕੇ ਓਕੇ ਥੈਂਕ ਯੂ ਉੱਥੇ ਦੂਜੇ ਪਾਸੇ ਪੀੜਤ ਵਿਅਕਤੀ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਅਮਰੇਸ਼ ਕੁਮਾਰ ਅੱਛਾ ਕਹਾਂ ਕੰਮ ਕਰਤੇ ਹੋ काम मैं यही करता हूँ। अच्छा यहाँ पे क्या काम होता है? जंगलों में क्या काम चलता है यहाँ पे? जब यहाँ सेक्स का काम चलता है, आते जाते लोगों को परेशान किया जाता है, पैसा मोबाइल सब छीन लिया जाता है और उसके झांसे में लिया जाता है। तो कौन करता है ये सब यहाँ पे? यहाँ सब औरत आती है, लड़के भी आते हैं उसके साथ, औरत लेके जाती है तो लड़के उसके झांसे में फंसा के पैसा वैसा सब छीनते हैं, मारते भी है, गाली वाली देते हैं, चाकूओं को भी दिखाते हैं। कभी मोबाइल छीना कभी? मेरा भी मोबाइल छीन गया, मैं काम करके जा रहा था। कब छीना आपका मोबाइल? मेरा परसों छीना गया है। कितने बजे की बात है ये? 2 बजे के दोपहर में। हाँ तो क्या बोला तुम्हें, कहाँ ले गए? मुझे बोले नहीं, यही छीन लिए मोबाइल मेरा। तो मिला नहीं अभी तक? अभी नहीं मिला। आपने मैं बताया लेकिन वो पुलिस वाले बोल रहे थे क्या पता कौन छीना है। छीनने वाले में से कोई महिला भी थी साथ में? महिला वो सेक्स वर्कर करती है, सेक्स का धंधा करती है, बाकी लड़के रहते हैं उसके साथ, वही छीनते हैं, वही सब करते हैं। कितने टाइम से चल रहा है ये काम यहाँ पे? यहाँ मैं तो नया हूँ लेकिन मैं जब भी आया हूँ ना, पिछले साल भी आया तो यहाँ सेक्स का धंधा चल रहा था, क्योंकि हम लोग काम करते इसी रास्ते जाते हैं। बाकी इधर बहुत औरत आती है, कम से कम 6-7 औरत आती है, वो यही काम करती है। हाँ सब यही गलत काम करती है। आप ये सब देख सकते हैं, सब ये बनाया हुआ अड्डा है उन लोग का। अंदर गद्दे गुद्दे लगे हुए हैं? हाँ अंदर गद्दे गुद्दे लगे हुए हैं, बिस्तर भी लगे हुए हैं। तुम भी गए कभी करने गए? मैं नहीं गया हूँ कभी, मैं रास्ता रह के जाता हूँ काम करके, उसके बाद वो लोग परेशान करते हैं, चलो बाप रहे भाई रहे जो भी रहे साथ में चलो बोलते हैं। A1 मीडिया ले लुधियाना तो दिव्यांशु भंडारी की खास रिपोर्ट।